بسم الله الرحمن الرحيم. فلولا نفر من كل فرقة منهم طائفة ليتفقهوا في الدين ولينذروا قومهم إذا رجعوا إليهم لعلهم يحذرون. بسم الله الرحمن الرحيم. وزو جبيرة دعوالنال ਤੁਹਾਡੀ ਖਿਦਮਤ ਵਿੱਚ ਅਰਜ਼ ਇੱਕ ਬਿਆਨ ਕਰ ਰਹੇ ਹਾਂ ਅਤੇ ਕੁਝ ਮਸਾਇਲ ਸ਼ਰੀ ਦੱਸ ਰਹੇ ਹਾਂ ਅਤੇ ਇਹ ਹਵਾਲੇ ਦੇ ਨਾਲ ਹੈ ਕਿ ਜਿਹੜਾ ਮਸਲਾ ਬੀਆ ਦਰਪੇ ਇੱਥੇ ਪੇਸ਼ ਆਉਂਦੇ ਜਿਹੜੇ ਮਸਲੇ ਤੋਂ ਅਸਾਂ ਮੁਬਤਲਾ ਥੀਨੇ ਹਾਂ ਅਤੇ ਜਿਹਦੇ ਦੋ ਚਾਰ ਜਿਹਦੇ ਤੋਂ ਥੀਨੇ ਆ ਉਹ ਹੈ ਕਿ ਸ਼ਖਸ ਨਹੀਂ ਜਾਣਦਾ ਕਿ ਮੇਰੇ ਕੋਲ ਵਜ਼ੂ ਜਬੀਰਾ ਕਰਨੇ ਜਾਂ ਮੇਰੇ ਕੋਲ ਕਿਆ ਕਰਨੇ ਤਯੰਮਮ ਕਰਨੇ ਯਾਨੀ ਕਿਆ ਹੈ ਜ਼ਖਮੀਨੈਸ ਪੈਰਾਂ ਦੇ ਉੱਤੇ ਜ਼ਖਮੀਨੈਸ ਜਾਂ ਹੱਥ ਦੇ ਉੱਤੇ ਜ਼ਖਮੀਨੈਸ ਜਾਂ ਮੂੰਹ ਦੇ ਉੱਤੇ ਜ਼ਖਮੇਨ ਮੂੰਹ ਦੇ ਉੱਤੇ ਜਿਹੜੇ ਜ਼ਖਮੇਨ ਉਹਦੇ ਉੱਤੇ ਕਿਆ ਹੈ ਉਹਨੇ ਪੱਟ ਉਹਦੇ ਉੱਤੇ ਪੱਟਾਂ ਲੱਗੀਆਂ ਹੋਏ ਜਾਂ ਹੱਥ ਜਿਹੜਾ ਤਰੁੱਟਾ ਹੋਇਆ ਸੀ ਜਾਂ ਉਹਦੇ ਉੱਤੇ ਜ਼ਖਮੀ ਸੀ ਪੱਟਾਂ ਵੱਜਿਆ ਹੋਈ ਇਵੇਂ ਜਿਹੜਾ ਨਾ ਖੱਬੇ ਹੱਥ 'ਤੇ ਬਹਰਹਾਲ ਇਹ ਕੈਫੀਅਤ ਹੈ ਕਿ ਸ਼ਖਸ ਜਿਹੜੇ ਵੇਲੇ ਇਹ ਕੈਫੀਅਤ ਹੈ ਕਿ ਉਹ ਜ਼ਖਮੇਨ ਉਹਦੇ ਮੂੰਹ 'ਤੇ ਜ਼ਖਮੇਨ ਜਾਂ ਹੱਥਾਂ ਦੇ ਉੱਤੇ ਜ਼ਖਮੇਨ ਅਤੇ ਨਹੀਂ ਜਾਣਦਾ ਕਿ ਈ ਵੇਲੇ ਮੇਰੀ ਜ਼ਿੰਮੇਦਾਰੀ ਅਤੇ ਡਿਊਟੀ ਅਤੇ ਤਕਲੀਫ ਕਿਆ ਹੈ ਕਿ ਮੇਰੇ ਕੋਲ ਵਜ਼ੂ ਕਰਨੇ ਜਾਂ ਤਯੰਮਮ ਕਰਨੇ ਵਜ਼ੂ ਕਰਨੇ ਤਾਂ ਵਜ਼ੂ ਜਿਹੜਾ ਪੱਟੀ ਦੀ ਸੂਰਤ 'ਚ ਵਜ਼ੂ ਹੈ ਪੱਟਾਂ ਬੱਧਿਆ ਹੁਣ ਤਾਂ ਕੋਈ ਵਜ਼ੂ ਜਬੀਰਾ ਮੇਰੇ ਕੋਲ ਆਇਆ ਵਜ਼ੂ ਜਬੀਰਾ ਕਰਨੇ ਜਾਂ ਮੇਰੇ ਕੋਲ ਤਯੰਮਮ ਕਰਨੇ ਤਾਂ ਆਦਨ ਇਹੋ ਜਿਹੇ ਮੰਦਾ ਕਿ ਜਿਹੜਾ ਨਾ ਜਾਣਦਾ ਹੋਵੇ ਕਿ ਮੇਰੀ ਤਕਲੀਫ ਵਜ਼ੂ ਜਬੀਰਾ ਕਰਨਾ ਹੈ ਜਾਂ ਮੇਰੀ ਤਕਲੀਫ ਤਯੰਮਮ ਦੀ ਹੈ ਤਾਂ ਇਹਦੇ ਵਾਸਤੇ ਇਹਤਿਆਤ ਵਾਜਿਬ ਵਾਜਿਬ ਇਹ ਹੈ ਕਿ ਦੋਹੇ ਕੰਮਾਂ ਕੋ ਅੰਜਾਮ ਲੇਵੇ ਕਿ ਮਸਲਨ ਜਿੱਥਾ ਉਹਨੇ ਕਿਆ ਹੈ ਪੱਟਾਂ ਬੱਧਿਆ ਹੋਏ ਉਹਦੇ ਉੱਤੇ ਕਿਆ ਕਰੇ ਉਹ ਹੱਥ ਜਿਹੜਾ ਸਿੰਨਾ ਹੱਥ ਹੈ ਉਹ ਉੱਤੇ ਉਹਦੇ ਪੱਟਾਂ ਦੇ ਉੱਤੇ ਕੁਛ ਛਿੱਕੇ ਜਿਹੜੇ ਤਰੀਕੇ ਨਾਲ ਪਹਿਲੇ ਜੈਸੇ ਤਾਂ ਕੁਝ ਜਿੱਥੇ ਜ਼ਖਮ ਹੈ ਅਤੇ ਉਹ ਕੁਝ ਉਹ ਜ਼ਖਮ ਕੋ ਉੱਤੋਂ ਖੋਲਿਆ ਵੀ ਨਹੀਂ ਬਣ ਸਕਦਾ ਤਾਂ ਕਿਆ ਹੈ ਉਹ ਵੇਲੇ ਇਹ ਹੈ ਕਿ ਹੂੰ ਪੱਟੀ ਦੇ ਉੱਤੇ ਕਿਆ ਕਰੇ ਸੀ ਉਹ ਹੱਥ ਜਿਹੜਾ ਸਿੰਨਾ ਸੀ ਹੂੰ ਕੁਛ ਕੇ ਸੀ ਇਹ ਕਿਆ ਕਰੇ ਸੀ ਇਹ ਜਿਹੜਾ ਬੰਦਾ ਨਹੀਂ ਜਾਣਦਾ ਕਿ ਮੇਰੀ ਜ਼ਿੰਮੇਦਾਰੀ ਅਤੇ ਡਿਊਟੀ ਕੋ ਵਜ਼ੂ ਜਬੀਰਾ ਕਰਨਾ ਹੈ ਜਾਂ ਮਸਲਨ ਮੇਰੇ ਕੋ ਤਯੰਮਮ ਕਰਨਾ ਹੈ ਇਹਦੇ ਵਾਸਤੇ ਆਦਨ ਹੁਕਮ ਸ਼ਰੀ ਇਹ ਕਿ ਔਰ ਇਹਤਿਆਤ ਵਾਜਿਬ ਇਹ ਹੈ ਕਿ ਇੱਕ ਵਜ਼ੂ ਵੀ ਕਰੇ ਔਰ ਕਿਆ ਕਰੇ ਤਯੰਮਮ ਵੀ ਕਰੇ ਦੋਹੇ ਕੰਮਾਂ ਕੋ ਅੰਜਾਮ ਦੇਵੇ ਬਸ ਵਜ਼ੂ ਕੋ ਕਿਆ ਕਰੇ ਸੀ ਵਜ਼ੂ ਹੂੰ ਤਰੀਕੇ ਨਾਲ ਅੰਜਾਮ ਦੇ ਸੀ ਜਿਹੜਾ ਜ਼ਬੀਰਾ ਤਾਂ ਦੇ ਸਕੇ ਜਿੱਥੇ ਜਿੱਥੇ ਪੈਚਾ ਹੀ ਨੇ ਸੁੱਤਾ ਸੀ ਨਾਥ ਛਿਕੇ ਸੀ ਅਤੇ ਜਿੱਥੇ ਮਸਲਾ ਨੇ ਕਿ ਨੀਂ ਤਾਂ ਉਹ ਕੋ ਜਿਹੜਾ ਨਾ ਉਹ ਧੋਏ ਸੀ ਇਹਦੇ ਨਾਲ ਇਹ ਹੈ ਕਿ ਕਿਆ ਕਰੇ ਸੀ ਤਯੰਮਮ ਹੀ ਕਰੇ ਸੀ ਵੀ ਇੱਕ ਮਸਲਾ ਇਹ ਹੈ ਕਿ ਜਿਹੜੀ ਰਤੂਬਤ ਮਸਲਾ ਨੇ ਕਿ ਅਗਰ ਸ਼ਖਸ ਦੇ ਮਤਲਬ ਤਲੀ ਜਿਹੜੀ ਨਾ ਤਲੀ ਦੇ ਉੱਤੇ ਜ਼ਖਮ ਹੀ ਸੀ ਉਹਦੇ ਉੱਤੇ ਪੱਟੀ ਲੱਗੀ ਜਾਂ ਉਹਨਾਂ ਉਂਗਲਾਂ ਵਗੈਰਾ ਜਿਹੜਾ ਨਾ ਤਰੁੱਟ ਗਏ ਅਤੇ ਉਹ ਬੱਧਿਆ ਹੋਏ ਇਹਦਾ ਕਿਆ ਹੈ ਜਿਹੜੀ ਰਤੂਬਤ ਉਹ ਰਤੂਬਤ ਜਿਹੜੀ ਹੱਥ 'ਚ ਜਾਂ ਹੱਥ ਸਿੰਨੇ ਦੇ ਨਾਲ ਉਹ ਕੋ ਕਿਆ ਕੀਤਾ ਸੀ ਉਹ ਪੱਟੀ ਕੋ ਉਹ ਪੱਟੀ ਵਾਲੀ ਜਾਤ ਦੇ ਉੱਤੇ ਮਸ ਕੀਤੇ ਸੀ ਉਹ ਪੱਟੀ ਵਾਲੀ ਜਾਤ ਦੇ ਉੱਤੇ ਉਹ ਹੱਥ ਫੇਰੇ ਸੀ ਇਹ ਰਤੂਬਤ ਜਿਹੜੀ ਉਹਦੇ ਹੱਥ 'ਚ ਬਚ ਗਈ ਹੈ ਮਸਲਨ ਕਿਆ ਕੀਤਾ ਸੀ ਮੂੰਹ ਧੋਤੇ ਸੀ ਸੱਜੇ ਹੱਥ ਧੋਤੇ ਸੀ ਖੱਬੇ ਹੱਥ 'ਤੇ ਮਸਲਨ ਇਹ ਕਿ ਕਿਆ ਹੈ ਇਹ ਜਿਹੜੀ ਹੱਥ ਦੀ ਤਲੀ ਹੈ ਇਹਦੇ ਉੱਤੇ ਪੱਟੀ ਲੱਗੀ ਹੋਈ ਹੈ ਇਹ ਉਹਦਾ ਜਿਹੜਾ ਅੰਗਲੀਨ ਇਹਦੇ ਉੱਤੇ ਪੱਟੀ ਲੱਗੀ ਹੋਈ ਹੈ ਇਹ ਹੱਥ ਕੁਝ ਧੋਏ ਸੀ ਇੱਥਾਂ ਜਿਹੜੇ ਵੇਲੇ ਆ ਸੀ ਸਿੰਨਾ ਹੱਥ ਫਿਰੇ ਸੀ ਇਵੇਂ ਇਹ ਕਿ ਈ ਜਾਤ ਹੋਣੀ ਤਾਂ ਕਿਆ ਕਰੇ ਸੀ ਧੋਏ ਸੀ ਇੱਥਾਂ ਪਾਣੀ ਨਾ ਲੱਗੇ ਅਤੇ ਇਹਦੇ ਬਾਅਦ ਇੱਥਾਂ ਸਿੰਨਾ ਹੱਥ ਫਿਰੇ ਸੀ ਅਤੇ ਇਹਨਾਂ ਅੰਗਲੀ ਦੇ ਉੱਤੇ ਕਿਆ ਹੈ ਸਿੰਨਾ ਹੱਥ ਫਿਰੇ ਸੀ ਹੁਣ ਆਖਦੇ ਨੇ ਕਿ ਇਹੋ ਜਿਹੜਾ ਸਿੰਨਾ ਹੱਥ ਫੇਰੇ ਸੀ ਹੀਂ ਦੇ ਨਾਲ ਇਹ ਜਿਹੜੀ ਰਤੂਬਤ ਹੀ ਹੱਥ 'ਚ ਹੀਂ ਦੇ ਨਾਲ ਸਿਰ ਦਾ ਮਸਾ ਕਰੇ ਸੀ ਅਤੇ ਹੀਂ ਰਤੂਬਤ ਦੇ ਨਾਲ ਪੈਰਾਂ ਦਾ ਮਸਾ ਵੀ ਕਰੇ ਸੀ ਬੇਜਾਤ ਪਾਣੀ ਨਹੀਂ ਗਿਦਾ ਬਣ ਸਕਦਾ
ਇਵੇਂ ਆਦਿ ਕਿ ਇੱਕ ਜਾ ਮਤਲਬ ਇੱਕ ਹੱਥ ਦੇ ਉੱਤੇ ਕਈ ਪੈਟਿਆ ਹਨ ਜਾਂ ਮੂੰਹ ਦੇ ਉੱਤੇ ਕਈ ਪੈਟਿਆ ਹਨ ਤਾਂ ਉਹਨਾਂ ਪੈਟਿਆਂ ਦੇ ਉੱਤੇ ਸਿੰਨਾ ਹੱਥ ਫਿਰੇ ਸੀ ਅਤੇ ਜਿਹੜੀ ਜਿਹੜੀ ਜਾ ਮਸਲਾ ਨੇ ਕਿ ਜਿਹੜਾ ਬਾਕੀ ਜਿਹੜਾ ਹਿੱਸਾ ਜਿਹਦੇ ਉੱਤੇ ਪੱਟੀ ਨਹੀਂ ਤਾਂ ਉਹ ਕੋ ਕਿਆ ਕਰੇ ਸੀ ਉਹ ਕੋ ਧੋਏ ਸੀ ਬਸ ਜਿਹੜੀ ਜਾ 'ਤੇ ਪੱਟੀ ਨਹੀਂ ਉਹ ਕੋ ਧੋਏ ਸੀ ਜਿੱਥਾਂ ਪੱਟੀ ਲੱਗੀ ਹੋਈ ਹੈ ਉਹ ਕੋ ਕਿਆ ਕਰੇ ਸੀ ਉਹਦੇ ਉੱਤੇ ਸਿੰਨਾ ਹੱਥ ਫਿਰੇ ਸੀ ਇਹੋ ਜਿਹੇ ਮੌਕੇ ਦੇ ਉੱਤੇ ਇਹ ਕਿ ਇੱਕ ਵਾਰੀ ਕਿਹਾ ਹੁੰਦੇ ਪੱਟਿਆਂ ਦੇ ਦਰਮਿਆਨ ਜਿਹੜੀ ਜਾ ਵੀ ਸਾਲਿਮ ਹੈ ਅਤੇ ਉੱਥਾਂ ਪੱਟੀ ਨਹੀਂ ਲੱਗੀ ਹੋਈ ਜਿੱਥਾਂ ਕਿਆ ਪੱਟਿਆ ਹਨ ਉਹਨਾਂ ਪੱਟਿਆਂ ਕੋ ਕਿਆ ਕਰੇ ਸੀ ਉਹਨਾਂ ਕੋ ਸਿੰਨਾ ਹੱਥ ਫਿਰੇ ਸੀ ਅਤੇ ਇਵੇਂ ਇਹ ਕਿ ਅਗਰ ਕਿਆ ਹੋਵੇ ਸੀ ਜਬੀਰਾ ਉਹਦੇ ਮਸਲਾਂ ਨੇ ਕਿ ਪੈਰਾਂ ਦੇ ਉੱਤੇ ਵੀ ਮੂੰਹ ਕਹਿੰਦੇ ਕਿ ਜਿੱਥਾਂ ਮਸ ਕਰਨੇ ਸੀ ਕਈ ਪੈਟਿਆਂ ਲੱਗੇ ਹੋਵਨ ਤਾਂ ਇੱਥਾਂ ਵੀ ਕਿਆ ਕਰੇ ਸੀ ਪੈਟਿਆਂ ਨਿਜਾਦ ਉੱਤੇ ਸਿੰਨਾ ਹੱਥ ਫਿਰੇ ਸੀ ਪੈਟਿਆਂ ਨਿਜਾਦ ਦੇ ਉੱਤੇ ਸਿੰਨਾ ਹੱਥ ਫਿਰੇ ਸੀ ਔਰ ਕਿਆ ਕਰੇ ਸੀ ਬਾਕੀ ਜਿਹੜੀ ਜਾ ਹੈ ਉਹਦੇ ਉੱਤੇ ਖੁਦ ਹੂੰ ਜਾ ਦੇ ਉੱਤੇ ਮਸ ਕਰੇ ਸੀ ਪੱਟੀ ਅਤੇ ਯਾਨੀ ਕਿ ਗੋਇਆ ਇਹ ਕਿ ਇਹ ਪੱਟਿਆ ਹਨ ਇੱਥੋਂ ਜਿਹੜਾ ਨਾ ਇਹ ਨਹੀਂ ਇਵੇਂ ਜੋ ਮਸ ਕਰੇ ਸੀ ਇਹ ਸਾਰਾ ਜਿਹੜਾ ਨਾ ਪੱਟੀ ਵੀ ਮਸ ਥਈਆ ਸੀ ਅਤੇ ਜਿਹੜੀ ਜਾਦ ਉੱਤੇ ਪੱਟੀ ਨਹੀਂ ਉਹ ਜਿਹੜਾ ਨਾ ਉੱਥਾਂ ਖੁਦ ਹੱਥ ਦੇ ਨਾਲ ਉਹ ਮਸ ਕਰੇ ਸੀ ਇਹ ਇੱਕ ਵੀ ਆ ਮਸਲਾ ਵੀ ਆ ਮਸਲਾ ਇਹ ਕਿ ਅਗਰ ਸਾਰੇ ਵਜ਼ੂ ਦੇ ਜਿਹੜੇ ਉਜ਼ਵ ਹਨ ਉਹਦੇ ਉੱਤੇ ਕਿਆ ਹੋਵੇ ਜਬੀਰਾ ਹੈ ਪੂਰਾ ਮੂੰਹ ਦੇ ਉੱਤੇ ਪੱਟਿਆ ਹੀ ਨੇ ਕੋਈ ਜਾਂ ਜ਼ਖਮ ਹੈ ਜਾਂ ਐਕਸੀਡੈਂਟ 'ਤੇ ਸੀ ਜਾਂ ਪੂਰੇ ਮੂੰਹ ਦੇ ਉੱਤੇ ਉਹਨੇ ਕਿਹਾ ਪੱਟਿਆ ਹਨ ਪੂਰੇ ਹੱਥ ਦੇ ਉੱਤੇ ਪੱਟਿਆ ਹਨ ਸੱਜੇ ਹੱਥ ਦੇ ਉੱਤੇ ਪੱਟਿਆ ਹਨ ਜਾਂ ਖੱਬਾ ਹੱਥ ਜਿਹੜਾ ਨਾ ਪੱਟਿਆਂ ਦੇ ਨਾਲ ਬੱਧਾ ਹੋਏ ਤਾਂ ਇੱਥਾਂ ਵਜ਼ੂ ਜਬੀਰਾ ਨਹੀਂ ਇੱਥਾਂ ਇਹਦਾ ਕਿਆ ਹੈ ਸ਼ਰੀ ਵਜ਼ੀਫਾ ਇਹ ਕਿ ਤਯੰਮੁਮ ਕਰੇ ਔਰ ਇਹ ਕਿ ਜਿਹੜੇ ਸ਼ਖਸ ਦੇ ਕੁਝ ਆਜ਼ਾਦ ਜਿਹੜੇ ਨਾ ਕਿਆ ਹੈ ਉਹਦੇ ਉੱਤੇ ਪੱਟੀ ਹੋਵੇ ਅਤੇ ਬਾਕੀ ਜਿਹੜਾ ਨਾ ਕਿਆ ਹੈ ਪੱਟੀ ਚੜ੍ਹੀ ਹੋਈ ਹੈ ਇਹਦੇ ਵਾਸਤੇ ਵੀ ਕਿਆ ਹੈ ਜਿਹੜਾ ਤਾਂ ਉਜ਼ਵ ਮਸਲਾਂ ਇੱਕ ਹੱਥ ਦੇ ਉੱਤੇ ਪੱਟੀ ਚੜ੍ਹੀ ਹੋਈ ਹੈ ਉਹਦਾ ਵਜ਼ੂ ਜਬੀਰਾ ਕਰੇ ਸੀ ਅਤੇ ਬਾਕੀ ਜਿਹੜਾ ਇਹ ਉਹ ਕੋ ਧੋਏ ਸੀ ਇਹ ਵੀ ਆ ਮਸਲਾ ਤੀਜਾ ਜਿਹੜਾ ਇੱਕ ਵੀ ਆ ਮਸਲਾ ਹੈ ਇਹ ਹਵਾਲੇ ਦੇ ਨਾਲ ਉਹ ਇਹ ਕਿ ਅਗਰ ਮਸਲਾਂ ਤ੍ਰੈ ਉਜ਼ਵ ਹਨ ਵਜ਼ੂ ਦੇ ਮੂੰਹ ਸੱਜਾ ਅਤੇ ਖੱਬਾ ਲੇਕਿਨ ਇਹਦੇ ਵਿੱਚ ਮੂੰਹ ਦੇ ਉੱਤੇ ਜ਼ਿਆਦਾ ਅਕਸਰ ਉਜ਼ਵ ਦੇ ਉੱਤੇ ਕਿਆ ਹੈ ਜਬੀਰਾ ਹੈ ਮੂੰਹ ਦੇ ਉੱਤੇ ਵੀ ਪੱਟੀ ਸੀ ਸੱਜੇ ਹੱਥ ਦੇ ਉੱਤੇ ਪੱਟੀ ਸੀ ਖੱਬਾ ਹੱਥ ਠੀਕ ਹੈ ਇਹਦੇ ਵਾਸਤੇ ਆਖਦੇ ਹਨ ਕਿ ਇਹੋ ਜਿਹਾ ਬੰਦਾ ਕਿ ਜਿਹਦੇ ਮਤਲਬ ਜ਼ਿਆਦਾ ਆਜ਼ਾਦ ਉੱਤੇ ਪੱਟੀ ਬੱਧੀ ਹੋਈ ਹੋਵੇ ਉਹਦੇ ਵਾਸਤੇ ਆਖਦੇ ਹਨ ਕਿ ਕਿਆ ਹੈ ਵਜ਼ੂ ਜਬੀਰਾ ਦੇ ਨਾਲ ਉਹ ਤਯੰਮੁਮ ਵੀ ਕਰੇ ਇੱਕ ਵਜ਼ੂ ਵੀ ਕਰੇ ਸੀ ਜਿਵੇਂ ਜੈਸੇ ਸੀ ਕਿ ਪੱਟਿਆਂ ਲਈ ਜਾਦ ਉੱਤੇ ਸਾਰੇ ਮੂੰਹ ਦੇ ਉੱਤੇ ਕਿਆ ਹੈ ਪੱਟੀ ਇਹਦੇ ਉੱਤੇ ਤਾਂ ਸਿੰਨਾ ਹੱਥ ਫਿਰੇ ਸੀ ਸੱਜੇ ਹੱਥ ਕੋਈ ਜਿਹੜਾ ਨਾ ਕਿਆ ਕਰੇ ਸੀ ਸੱਜੇ ਹੱਥ ਦੇ ਉੱਤੇ ਵੀ ਜਿਹੜਾ ਪੱਟਿਆ ਬੱਧਿਆ ਨਹੀਂ ਇਹਦੇ ਉੱਤੇ ਕਿਆ ਹੈ ਇੱਥੋਂ ਕਿ ਲਾ ਕੇ ਇਜਾਦ ਤੋਂ ਨਹੀਂ ਸਿੰਨਾ ਹੱਥ ਫਿਰੇ ਸੀ ਇਹ ਜਿਹੜਾ ਹੱਥ ਜਿਹਦੇ ਉੱਤੇ ਪੱਟਿਆ ਨਹੀਂ ਇਹ ਠੀਕ ਹੈ ਇਹ ਕੋ ਕਿਆ ਕਰੇ ਸੀ ਇਹ ਕੋ ਧੋਏ ਸੀ ਇਹ ਕਿਆ ਕਰੇ ਸੀ ਇੱਕ ਵਜ਼ੂ ਜਬੀਰਾ ਕਰੇ ਸੀ ਅਤੇ ਨਾਲ ਹੀ ਵਜ਼ੂ ਜਬੀਰਾ ਕਰਨ ਦੇ ਇਹਦੇ ਕਿਆ ਕਰੇ ਸੀ ਤਯੰਮੁਮ ਵੀ ਅੰਜਾਮ ਦੇ ਸੀ ਅਤੇ ਇੱਕ ਵੀ ਆ ਜਿਹੜਾ ਮਸਲਾ ਇਹ ਹਵਾਲੇ ਦੇ ਨਾਲ ਰਹਿ ਗਏ ਕਿ ਅਗਰ ਕਿਆ ਹੋਵੇ ਹੱਦ ਤੋਂ ਜ਼ਿਆਦਾ ਮਸਲਾਂ ਜ਼ਖਮ ਇਹੋ ਜਿਤਨਾ ਜ਼ਖਮ ਹੈ ਲੇਕਿਨ ਪੱਟੀ ਇਹ ਤੋਣੀ ਬੱਧੀ ਹੋਈ ਹੈ ਜ਼ਖਮ ਹੀ ਹੱਥ ਤੋਣੀ ਹੈ ਜਦਕਿ ਪੱਟੀ ਇੱਥੋਂ ਤੋਣੀ ਬੱਧੀ ਹੋਈ ਹੈ ਕਿ ਹੱਥ ਯਾਨੀ ਮਾਮੂਲ ਤੋਂ ਜ਼ਿਆਦਾ ਜ਼ਖਮ ਦੇ ਉੱਤੇ ਜਿਹੜੀ ਪੱਟੀ ਬੱਧੀ ਗਈ ਹੈ ਇਹਦਾ ਆਦਨ ਕਿ ਅਗਰ ਖੋਲ੍ਹਣਾ ਮੁਮਕਿਨ ਨਾ ਹੋਵੇ ਮਤਲਬ ਅਗਰ ਖੁੱਲੇਂਦੇ ਤਾਂ ਨੁਕਸਾਨਦੇਹ ਹੈ ਬਾਕੀ ਜਿਹੜਾ ਜ਼ਖਮ ਹੈ ਇਹਦੇ ਖੋਲ੍ਹਣ ਨਾਲ ਬਾਕੀ ਜਿਹੜੀ ਪੱਟੀ ਜ਼ਖਮ ਦੇ ਉੱਤੇ ਹੈ ਉਹ ਕਿਆ ਹੈ ਉਹ ਜ਼ਖਮ ਕੋ ਉਹਦੇ ਨਾਲ ਨੁਕਸਾਨ ਪਹੁੰਚਦੇ ਤਾਂ ਇਹ ਵੇਲੇ ਇਹ ਆਦਨ ਕਿ ਵਜ਼ੂ ਜਬੀਰਾ ਵੀ ਕਰੇ ਸੀ ਅਤੇ ਨਾਲ ਇਹ ਇਤਿਹਾਤ ਵਾਜਬ ਤਯੰਮੁਮ ਕੋ ਵੀ ਅੰਜਾਮ ਦੇ ਸੀ ਇਹ ਹੈ ਵਜ਼ੂ ਜਬੀਰਾ ਦੇ ਹਵਾਲੇ ਨਾਲ ਹੁਣ ਥੋੜ੍ਹੀ ਜਿਹੀ ਜਿਹੜਾ ਨਾ ਅਸਾਂ
ਜਿਹੜੀ ਗੁਫ਼ਤਗੂ ਕਰਨੀ ਹੈ ਕਿ ਉਹ ਵਜ਼ੂ ਦਾ ਸਬਬ ਕਿਆ ਹੈ, ਕਿਉਂ ਵਜ਼ੂ ਕਰੋ? ਹੁਣ ਤੱਕ ਜਿਹੜਾ ਤਾਂ ਅਸਾਂ ਕਈ ਪ੍ਰੋਗਰਾਮ ਅੱਜ ਤੱਕ ਵਜ਼ੂ ਦੇ ਹਵਾਲੇ ਨਾਲ ਦੱਸਦੇ ਪਏ ਹਾਂ ਕਿ ਵਜ਼ੂ ਦਾ ਦੋ ਕਿਸਮਾਂ, ਜਾਂ ਵਜ਼ੂ ਹੈ ਤਰਤੀਬੀ ਹੈ, ਜਾਂ ਵਜ਼ੂ ਹੈ ਮਸਲਨ ਇਰਤਮਾਸੀ ਹੈ ਵਲਡ ਸੇ ਕਿ ਮਸਲਨ ਅੱਜ ਵਾਲੀ ਜਿਹੜੀ ਸਾਰੀ ਉਹ ਆਈ ਕਿ ਜਿਹੜੇ ਬੰਦੇ ਦੇ ਹੱਥਾਂ ਦੇ ਉੱਤੇ ਜਾਂ ਹੱਥਾਂ ਦੇ ਉੱਤੇ ਜਾਂ ਮੂੰਹ ਦੇ ਉੱਤੇ ਜ਼ਖਮ ਹਨ, ਜਾਂ ਜਿਹੜਾ ਨਾ ਕੋਈ ਹਿੱਸਾ ਤਰੁੱਟਾ ਹੋਏ ਹੀ ਦਾ ਹੱਥੇ ਵਗੈਰਾ ਦਾ, ਇਹਦੇ ਉੱਤੇ ਪੱਟੀ ਬੱਧੀ ਹੋਈ ਹੈ, ਜੇ ਇਹ ਪੱਟੀ ਕੋਈ ਜ਼ਬੀਰਾ ਆ ਦੇਣ, ਇਹ ਸ਼ਖਸ ਦੇ ਵਾਸਤੇ ਜਿਹੜਾ ਵਜ਼ੂ ਕਰਨੇ ਉਹ ਵਜ਼ੂ ਜ਼ਬੀਰਾ, ਯਾਨੀ ਵਜ਼ੂ ਕਰਨੇ ਹੂੰ ਪੱਟੀ ਦੇ ਉੱਤੇ। ਇੱਕ ਵਾਰੀ ਇਹ ਤਾਂ ਕੁਝ ਦੱਸੇ ਕਿ ਪੱਟੀ ਜਿਹੜਾ ਨਾ ਜ਼ਖਮ ਨਹੀਂ ਬੱਧਾ ਹੋਇਆ, ਇਹਦੇ ਵਾਸਤੇ ਪਾਣੀ ਵੀ ਨੁਕਸਾਨਦੇਹ ਨਹੀਂ, ਵਜ਼ੂ ਜਿਵੇਂ ਆਮ ਤੌਰ 'ਤੇ ਕਰੇ ਸੀ ਕਰੇਂਦਾ ਸੀ ਉਵੇਂ ਅੱਜ ਵੀ ਵਜ਼ੂ ਕਰੇ ਸੀ। ਇੱਕ ਵਾਰੀ ਇਹ ਕਿ ਬੱਧੀ ਹੋਈ ਨਹੀਂ, ਲੇਕਿਨ ਇਹ ਕਿ ਇਹ ਖੁੱਲ੍ਹਾ ਹੋਇਆ ਜ਼ਖਮ ਖੁੱਲ੍ਹਾ ਹੈ, ਉੱਤੋਂ ਬੱਧੀ ਹੋਈ ਨਹੀਂ, ਲੇਕਿਨ ਕਿ ਪਾਣੀ ਅਗਰ ਇਹ ਕੋਈ ਲੱਗੇ ਤਾਂ ਪਾਣੀ ਦਾ ਲੱਗਣਾ ਨੁਕਸਾਨਦੇਹ ਹੈ। ਤਾਂ ਇੱਥੇ ਕਿਆ ਕਰੇ ਸੀ? ਤੁਹਾਨੂੰ ਦੱਸੇ ਕਿ ਇੱਕ ਪਾਕ ਕੱਪੜਾ ਰੱਖ ਕੇ ਉਹ ਕੋ ਕਿਆ ਕਰੇ ਸੀ? ਹੂੰ ਜਾਤ ਦੇ ਉੱਤੇ, ਹੂੰ ਜ਼ਖਮ ਦੇ ਉੱਤੇ ਬਾਕੀ ਕੁ ਦੋਏ ਸੀ, ਅਤੇ ਇੱਥੇ ਸੀ ਨਾ ਹੱਥ ਫੇਰੇ ਸੀ। ਔਰ ਇੱਕ ਬੀਆ ਵੀ ਇਹ ਦੱਸੇ ਕਿ ਅਗਰ ਬਿਲਕੁਲ ਜਿਹੜਾ ਨਾ ਸਾਰਾ ਮੂੰਹ ਤੇ ਇਹ ਸਾਰੇ ਜਿਹੜੇ ਤੁਹਾਨੂੰ ਅਸਾਂ ਅਹਕਾਮ ਦੱਸਦੇ ਪਿਆ ਹੀ ਤਾਂ ਹੁਣ ਤੱਕ ਤੁਹਾਡੀ ਖਿਦਮਤ ਅਰਜ਼ ਕੀਤੇ ਨੇ, ਇਹ ਵਜ਼ੂ ਦੇ ਹਵਾਲੇ ਨਾਲ ਸਵਾਲ ਇਹ ਥੀਂਦੇ ਕਿ ਆਖਰ ਵਜ਼ੂ ਕਿਉਂ ਕਰੂੰ, ਵਜ਼ੂ ਕਿਸ ਵਾਸਤੇ ਕੀਤਾ ਵਾਂਜੇ? ਹਾਂ ਆਦੇ ਵਜ਼ੂ ਦੇ ਜਿਹੜਾ ਨਾ ਅਸਬਾਬ ਸਬਬ ਕਿਉਂ, ਮਤਲਬ ਕਿ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਖਾਤਰ ਵਜ਼ੂ ਦਾ ਹੋਣਾ ਜ਼ਰੂਰੀ ਅਤੇ ਵਾਜਬ ਹੈ, ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਹਨ ਕਿ ਜਿਨ੍ਹਾਂ ਦੀ ਖਾਤਰ ਵਜ਼ੂ ਕਰਨਾ ਵਾਜਬ ਹੈ? ਆਦੇ ਕਿ ਵਜ਼ੂ ਦਾ ਸਬਬ, ਇਹ ਵਜ਼ੂ ਦਾ ਸਬਬ ਕਿਆ ਹੈ? ਤਮਾਮ ਨਮਾਜ਼ਾਂ ਹਨ। ਅਗਰ ਕੋਈ ਸ਼ਖਸ ਨਮਾਜ਼ ਪੜ੍ਹਨਾ ਚਾਹੁੰਦੇ ਤਾਂ ਜਿਹੜਾ ਕਿ ਪੜ੍ਹਨਾ ਵਾਜਬ ਹੈ, ਤਮਾਮ ਨਮਾਜ਼ਾਂ ਕੋ ਖਾ ਨਮਾਜ਼ ਉਹ ਨਮਾਜ਼ਾਂ ਵਾਜਬ ਹੋਵਨ ਜਾਂ ਉਹ ਨਮਾਜ਼ਾਂ ਮੁਸਤਹਬ ਹੋਵਨ, ਕੋਈ ਨਮਾਜ਼ ਐਸੀ ਨਹੀਂ ਕਿ ਉਹ ਕੋ ਵਜ਼ੂ ਦੇ ਬਗੈਰ ਪੜ੍ਹਿਆ ਬਣ ਸਕਦਾ ਹੋਵੇ। ਬਸ ਇੱਕ ਸਬਬ ਹੈ ਵਜ਼ੂ ਕਰਨ ਦਾ ਕਿ ਚੂੰਕਿ ਮੈਂ ਨਮਾਜ਼ ਪੜ੍ਹਦਾ ਔਰ ਨਮਾਜ਼ ਪੜ੍ਹਨ ਦੀ ਖਾਤਰ ਵਜ਼ੂ ਸ਼ਰਤ ਹੈ। ਅਲਬੱਤਾ ਹੈ ਕਿ ਇਹਦੇ ਵਿੱਚ ਨਮਾਜ਼ ਵਾਜਬ ਹੋਵੇ, ਨਮਾਜ਼ ਮੁਸਤਹਬ ਹੋਵੇ, ਤਮਾਮ ਨਮਾਜ਼ਾਂ ਦੇ ਵਾਸਤੇ ਅਰਜ਼ ਕੀਤੇ ਸੀ ਕਿ ਵਜ਼ੂ ਕਰਨਾ ਸ਼ਰਤ ਹੈ, ਅਤੇ ਇਬਾਦਤ ਦੇ ਸਹੀ ਥੀਵਣ ਦੇ ਵਾਸਤੇ ਵੀ ਪਹਿਲੀ ਸ਼ਰਤ ਹੈ ਕਿ ਇਹ ਇਬਾਦਤ ਵਜ਼ੂ ਦੇ ਨਾਲ ਅੰਜਾਮ ਦਿੱਤੀ ਵੰਜੇ, ਇਹ ਨਮਾਜ਼ ਜਿਹੜੀ ਮੈਂ ਪੜ੍ਹਦਾ ਪਈ ਹਾਂ ਇੱਕ ਵਜ਼ੂ ਦੇ ਨਾਲ ਮੈਂ ਅੰਜਾਮ ਦੇਵਣਾ। ਅਲਬੱਤਾ ਇੱਕ ਨਮਾਜ਼ ਇਹੋ ਜਿਹੀ ਹੈ ਜੇ ਕੋਈ ਨਮਾਜ਼ ਜਨਾਜ਼ਾ ਆਦਿਨ, ਨਮਾਜ਼ ਜਨਾਜ਼ੇ ਕੋ ਪੜ੍ਹਨ ਦੀ ਖਾਤਰ ਵਜ਼ੂ ਕਰਨਾ ਕਿਆ ਹੈ? ਜ਼ਰੂਰੀ ਨਹੀਂ, ਕਰੇ ਮੁਸਤਹਬ ਸਵਾਬ ਹੈ। ਚਾਹੀਦਾ ਇਹੋ ਹੈ ਕਿ ਇਹ ਨਮਾਜ਼ ਜਨਾਜ਼ੇ ਕੋ ਵੀ ਜਿਹੜੇ ਵੇਲੇ ਮਈਅਤ ਦੇ ਉੱਤੇ ਨਮਾਜ਼ ਪੜ੍ਹਦਾ ਪਏ ਤਾਂ ਕੋਈ ਨਮਾਜ਼ ਜਨਾਜ਼ਾ ਆਦਿਨ, ਇਹ ਨਮਾਜ਼ ਕੋ ਆਦਿਨ ਮੁਸਤਹਬ ਇਹ ਹੈ ਕਿ ਇਹ ਕੋ ਵੀ ਵਜ਼ੂ ਨਾਲ ਪੜ੍ਹਿਆ ਵਾਂਜੇ, ਲੇਕਿਨ ਵਾਜਿਬ ਤਾਂ ਜ਼ਰੂਰੀ ਨਹੀਂ ਕਿ ਇਹ ਨਮਾਜ਼ ਕੋ ਵਜ਼ੂ ਦੇ ਨਾਲ ਪੜ੍ਹਿਆ ਵਾਂਜੇ। ਵੀ ਇਹ ਜਿਹੜੀ ਚੀਜ਼ ਹੈ, ਮਸਲਾਂ ਨੇ ਕਿ ਖਾਨਾ ਕਾਬੇ ਦਾ ਤਵਾਫ ਕਰਨਾ ਚਾਹੁੰਦੇ ਹਾਂ, ਜਿਹੜਾ ਸ਼ਖਸ ਹਜ ਕਰਨਗੇ ਜਾਂ ਉਮਰਾ ਕਰਨਗੇ ਉਹ ਅਗਰ ਜਿਹੜੇ ਵੇਲੇ ਖਾਨਾ ਕਾਬਾ ਦਾ ਤਵਾਫ ਕਰੇਂਦਾ ਪਏ ਤਾਂ ਇਹ ਤਵਾਫ ਦੀ ਖਾਤਰ ਵੀ ਸ਼ਰਤ ਇਹ ਹੈ ਕਿ ਬਾਵਜ਼ੂ ਹੋਵੇ ਅਤੇ ਤਵਾਫ ਕਰੇ। ਇੱਕ ਬਈ ਚੀਜ਼ ਇਹ ਕਿ ਮਤਲਬ ਨਮਾਜ਼ ਦੇ ਵਿੱਚ ਇੱਕ ਸਜਦਾ ਭੁੱਲ ਗਏ ਜਾਂ ਤਸ਼ਾਹੁਦ ਭੁੱਲ ਗਏ, ਸਜਦਾ ਆਖਰੀ ਮਤਲਬ ਕਿ ਸਜਦਾ ਭੁੱਲ ਗਏ ਜਾਂ ਤਸ਼ਾਹੁਦ ਭੁੱਲ ਗਏ, ਇੱਥੇ ਕਿਆ ਜਿਹੜੇ ਵੇਲੇ ਨ ਬਾਅਦ 'ਚ ਯਾਦ ਆਇਆ ਸੀ ਕਿ ਨਮਾਜ਼ ਖਤਮ ਕੀਤੀ ਸੀ ਕਿ ਮੈਂ ਇੱਕ ਸਜਦਾ ਮੈਂ ਨਹੀਂ ਦਿੱਤਾ ਜਾਂ ਨਮਾਜ਼ ਦਾ ਤਸ਼ਾਹੁਦ ਭੁੱਲ ਗਈਆਂ, ਤਾਂ ਇਹਦੇ ਵਾਸਤੇ ਵੀ ਯਾਦ ਹਨ ਕਿ ਕਿਆ ਇਹ ਸ਼ਰਤ ਹੈ ਕਿ ਇਹ ਸਜਦਾ ਜਿਹੜਾ ਦੇਂਦਾ ਪੀਆਂ ਇਹ ਨਮਾਜ਼ ਦਾ ਸਜਦਾ ਹੈ, ਇਹਦੇ ਵਿੱਚ ਕਿਆ ਹੈ ਬਾਵਜ਼ੂ ਹੋਵਾਂ ਅਤੇ ਜਿਹੜਾ ਤਸ਼ਾਹੁਦ ਮੈਂ ਭੁੱਲ ਗਿਆ, ਇਹ ਤਸ਼ਾਹੁਦ ਦੇ ਪੜ੍ਹਨ ਦੇ ਵਾਸਤੇ ਵੀ ਤਾਂ ਕਿਆ ਹੈ ਵਜ਼ੂ ਸ਼ਰਤ ਹੈ। ਇੱਕ ਬਈ ਚੀਜ਼ ਇਹ ਕਿ ਕੁਰਾਨ ਕੋ ਮਸ ਕਰਨ, ਕੁਰਾਨ ਦੇ ਅਲਫਾਜ਼ ਕੋ ਮਸ ਕਰਨ ਦੇ ਵਾਸਤੇ ਸ਼ਰਤ ਇਹ ਕਿ ਬਾਵਜ਼ੂ ਹੋਵੇ ਸ਼ਖਸ, ਜਿਹੜਾ ਸ਼ਖਸ ਵਜ਼ੂ ਦੇ ਨਾਲ ਨਹੀਂ ਉਹ ਕੁਰਾਨ ਦੇ ਅਲਫਾਜ਼ ਕੋ ਮਸ ਨਹੀਂ ਕਰ ਸਕਦਾ। ਇਵੇਂ ਇਹ ਕਿ ਖੁਦਾਵੰਦ ਮੁਤਾਲ ਦੇ ਨਾਂ ਕੋ ਔਰ ਉਹ ਸਿਫਾਤ ਜਿਹੜਾ ਖੁਦਾ ਦੇ ਨਾਲ ਮੁਖਤਸ ਹਨ ਉਹਨਾਂ ਕੋ ਵੀ ਖੁਦਾ ਦੇ ਨਾਂ ਕੋ ਵੀ ਵਜ਼ੂ ਦੇ ਬਗੈਰ ਹੱਥ ਨਹੀਂ ਲੈ ਸਕਦਾ। ਖੁਦਾ ਦੇ ਮਸਲਨ ਸਿਫਾਤ ਮਸਲਨ ਕਿ ਅਰਰਹਿਮਾਨ ਜਿਹੜੇ ਕਿ ਸਿਫਾਤ ਖੁਦਾ ਹੈ, ਇਹ ਕੋ
ਇਹ ਕਿ ਮਸਲਨ ਕਾਦਰ ਹੋਣਾ, ਇਹ ਸਿਫਾਤ ਜਿਹੜੇ ਹਨ ਇਹਨਾਂ ਸਿਫਾਤ ਕੋ ਵੀ ਖੁਦਾ ਦੇ ਸਿਫਾਤ ਖਾਸ ਹਈਏ ਕਯੂਮ ਏ, ਇਹਨਾਂ ਕੋ ਵੀ ਤੁਸੀਂ ਜਿਹੜਾ ਨਾ ਵਜ਼ੂ ਦੇ ਬਗੈਰ ਇਹਨਾਂ ਲਫਜ਼ਾਂ ਕੋ ਵੀ, ਇਹ ਲਫਜ਼ ਅਗਰ ਕਿਥੇ ਲਿਖੇ ਹੋਏ ਨ, ਇਹਨਾਂ ਕੋ ਵੀ ਤੁਸੀਂ ਜਿਹੜਾ ਖੁਦਾ ਦਾ ਸਿਫਤ ਹੈ ਇਹਨਾਂ ਕੋ ਵਜ਼ੂ ਦੇ ਬਗੈਰ ਤੁਸੀਂ ਹੱਥ ਨਹੀਂ ਲਾ ਸਕਦੇ। ਇਵੇਂ ਇਹ ਕਿ ਤਮਾਮ ਨਬੀਆਂ ਦੇ ਜਿਹੜੇ ਨਾਂ ਹਨ, ਅਗਰ ਉਹਨਾਂ ਕੋ ਹੱਥ ਲਾਉਣਾ ਚਾਹੋ, ਲਿਖੇ ਹੋਏ ਤਾਂ ਹੱਥ ਲਾਉਣਾ ਚਾਹੋ ਤਾਂ ਵਜ਼ੂ ਦੇ ਬਗੈਰ ਹੱਥ ਨਹੀਂ ਮਿਲਾ ਸਕਦੇ। ਇਵੇਂ ਇਮਾਮ ਪਾਕਾਂ ਦੇ ਨਾਂ ਲਿਖੇ ਹੋਏ ਹੋਵਣ ਤਾਂ ਉਹ ਕੋ ਵੀ ਤੁਸੀਂ ਵਜ਼ੂ ਦੇ ਬਗੈਰ ਹੱਥ ਨਹੀਂ ਲਾ ਸਕਦੇ। ਇਵੇਂ ਜਨਾਬ ਜ਼ਹਰਾ ਸਲਾਮੁਲਾ ਅਲੈਹਾ ਹਜ਼ਰਤ ਜ਼ਹਰਾ ਦਾ ਨਾਂ ਲਿਖਿਆ ਹੋਵੇ ਤਾਂ ਉਹ ਕੋ ਵੀ ਵਜ਼ੂ ਦੇ ਬਗੈਰ ਤੁਸੀਂ ਹੱਥ ਨਹੀਂ ਲਾ ਸਕਦੇ। ਫਿਰ ਰਿਸ਼ਤੇ ਦੇ ਜਬਰਾਈਲ, ਇਜ਼ਰਾਈਲ, ਇਸਰਾਫੀਲ ਇਹਨਾਂ ਦੇ ਨਾਂ ਲਿਖੇ ਹੋਏ ਹੋਵਣ ਤਾਂ ਇਹਨਾਂ ਕੋ ਵੀ ਤੁਸੀਂ ਜਿਹੜਾ ਇਹ ਵਜ਼ੂ ਦੇ ਬਗੈਰ ਹੱਥ ਨਹੀਂ ਲਾ ਸਕਦੇ। ਬਸ ਇਹਨਾਂ ਤਮਾਮ ਕੰਮਾਂ ਦੇ ਵਾਸਤੇ, ਚੂੰਕਿ ਵਜ਼ੂ ਕਿਆ ਹੈ, ਜ਼ਰੂਰੀ ਅਤੇ ਸ਼ਰਤ ਹੈ, ਇਹਨਾਂ ਕੰਮਾਂ ਕੋ ਬਗੈਰ ਵਜ਼ੂ ਦੇ ਅਸਾਂ ਅੰਜਾਮ ਨਹੀਂ ਦੇ ਸਕਦੇ। ਇਵੇਂ ਇਹ ਕਿ ਖੁਦਾਵੰਦ ਮੁਤਾਲ ਦਾ ਨਾਂ ਹਰ ਜ਼ਬਾਨ ਜਿਹੜਾ ਲਿਖਿਆ ਹੋਇਆ ਹੋਵੇ, ਉਹ ਕੋ ਵੀ ਤੁਸੀਂ ਲਿਖੇ ਹੋਏ ਕੋ ਜਿਹੜਾ ਕਈ ਜ਼ਬਾਨ ਵਿੱਚ ਲਿਖਿਆ ਹੋਵੇ, ਉਹ ਕੋ ਬਗੈਰ ਵਜ਼ੂ ਦੇ ਤੁਸੀਂ ਹੱਥ ਨਹੀਂ ਲਾ ਸਕਦੇ। ਮਸਲਨ ਲਫਜ਼ ਅੱਲਾ ਹੈ, ਜਾਂ ਮਸਲਨ ਲਫਜ਼ ਖੁਦਾ ਹੈ, ਜਾਂ ਲਫਜ਼ ਗਾਡ ਹੈ, ਜਾਂ ਕੋਈ ਕਈ ਜ਼ਬਾਨ ਵਿੱਚ ਲਫਜ਼ ਅੱਲਾ ਲਿਖਿਆ ਹੋਇਆ ਹੋਵੇ ਤਾਂ ਉਹ ਕੋ ਤੁਸੀਂ ਜਿਹੜਾ ਨਾ ਬਗੈਰ ਵਜ਼ੂ ਦੇ ਮਸ ਨਹੀਂ ਕਰ ਸਕਦੇ। ਇਵੇਂ ਇਹ ਕਿ ਅਰਜ਼ ਕਰ ਰਹੇ ਨੇ ਕਿ ਇੱਥਾਂ ਇਹ ਅਰਜ਼ ਕੀਤਾ ਵੇਂਦੇ ਕਿ ਕਹੀਂ ਕੁਰਾਨ ਦੇ ਅਲਫਾਜ਼ ਦੇ ਬਾਰੇ ਵੀ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤੇ ਕਿ ਖੁਦ ਕੁਰਾਨ ਦੇ ਅਲਫਾਜ਼, ਇਹ ਜਿਹੜੇ ਕੁਰਾਨ ਦੇ ਅਲਫਾਜ਼ ਹਨ ਉਹ ਕੁਰਾਨ ਖੋਲੇ ਵੇ ਅਤੇ ਇੱਥਾਂ ਹੀ ਜਿਹੜੇ ਕੁਰਾਨ ਦੇ ਅਲਫਾਜ਼ ਹਨ ਇੱਕੋ ਵੀ ਤੁਸੀਂ ਹੱਥ ਨਹੀਂ ਵੇ ਲਾ ਸਕਦੇ, ਨਾ ਹੱਥ ਲਾ ਸਕਦੇ ਵੇ, ਨਾ ਮੂੰਹ ਲਾ ਸਕਦੇ ਵੇ, ਨਾ ਜ਼ਬਾਨ ਲਾ ਸਕਦੇ ਵੇ, ਕਹੀਂ ਚੀਜ਼ ਨਾਲ ਵੀ ਕੁਮਸ ਨਹੀਂ ਵੇ ਕਰ ਸਕਦੇ। ਕੁਰਾਨ ਦੇ ਜਿਹੜੇ ਅਲਫਾਜ਼ ਹਨ ਇਹਨਾਂ ਕੋ ਤੁਸੀਂ ਬਗੈਰ ਵਜ਼ੂ ਦੇ ਹੱਥ ਨਹੀਂ ਲਾ ਸਕਦੇ। ਉਹ ਕਈ ਜ਼ਬਾਨ ਵਿੱਚ ਜਿਹੜਾ ਉਹਨਾਂ ਹੱਤਾ ਕਿਤਾਬ ਕੁਰਾਨ ਵਿੱਚ ਹੋਵੇ ਨੇ, ਇਹ ਕੁਰਾਨ ਦਾ ਆਯਾਤਾਂ ਜਾਂ ਇਹ ਆਯਾਤਾਂ ਬਈ ਕਿਤਾਬ ਵਿੱਚ ਹਨ ਕੁਰਾਨ ਦੇ ਅਲਫਾਜ਼, ਲੇਕਿਨ ਕਿਆ ਹੈ ਖੁਦ ਕੁਰਾਨ ਵਿੱਚ ਨਹੀਂ ਬਈ ਕਿਤਾਬ ਵਿੱਚ ਕੁਰਾਨ ਦਾ ਆਯਾਤਾਂ ਹਨ ਬਹੁਤ ਸਾਰਾ ਜਿਹੜਾ ਕਿਤਾਬਾਂ ਫਜ਼ਾਇਲ ਵਿੱਚ ਲਿਖਿਆ ਹੋਏ ਨੇ ਜਾਂ ਮੁਖਤਲਿਫ ਉਨਵਾਨਾਂ 'ਤੇ ਲਿਖਿਆ ਹੋਏ ਨੇ, ਉਹਨਾਂ ਦਾ ਆਯਾਤਾਂ ਉਹਨਾਂ ਕਿਤਾਬਾਂ ਵਿੱਚ ਵੀ ਲਿਖਿਆ ਹੋਏ ਨੇ, ਇਹ ਆਇਆ ਜਿਹੜੀ ਕੁਰਾਨ ਦੀ ਹੈ ਤਾਂ ਕਈ ਕਿਤਾਬ ਵਿੱਚ ਲਿਖੀ ਪਈ ਹੈ, ਇੱਕੋ ਵੀ ਤੁਸੀਂ ਜਿਹੜਾ ਨਾ ਹੱਥ ਬਗੈਰ ਵਜ਼ੂ ਦੇ ਨਹੀਂ ਵਿਲਾ ਸਕਦੇ। ਹੱਤਾ ਇੱਕ ਲਫਜ਼ ਕੁਰਾਨ ਦਾ ਉਹ ਕੋ ਵੀ ਬਗੈਰ ਵਜ਼ੂ ਦੇ ਜਿਹੜਾ ਨਾ ਅਸਾਂ ਹੱਥ ਨਹੀਂ ਲਾ ਸਕਦੇ। ਹੱਤਾ ਇੱਕ ਲਫਜ਼ ਅਗਰ ਕੁਝ ਉਹਦਾ ਜਿਹੜਾ ਨਾ ਹਿੱਸਾ ਬਾਕੀ ਹੈ, ਕੁਝ ਮਤਲਬ ਕਿਆ ਹੈ ਉਹ ਮਿਟ ਗਏ, ਜਾਂ ਇਹ ਕਿ ਉਹ ਕਿਆ ਹੈ ਫਟ ਗਏ ਕੁਝ ਹਿੱਸਾ ਜਿਹੜਾ ਹੈ, ਉਹ ਕੋ ਵੀ ਬਗੈਰ ਵਜ਼ੂ ਦੇ ਤੁਸੀਂ ਕਿਆ ਹੈ ਇਹ ਨਹੀਂ ਕਰ ਸਕਦੇ। ਔਰ ਇੱਕ ਕਲਮ ਨਾਲ ਲਿਖਿਆ ਹੋਇਆ ਹੋਵੇ ਜਾਂ ਮਸਲਾ ਨੇ ਕਿ ਛੱਪਿਆ ਹੋਵੇ ਅੱਲਾ ਦਾ ਨਾਂ ਜਾਂ ਕੁਰਾਨ ਦੇ ਅਲਫਾਜ਼, ਇਹਨਾਂ ਕੋ ਵੀ ਬਗੈਰ ਵਜ਼ੂ ਦੇ ਤੁਸੀਂ ਇੱਕੋ ਹੱਥ ਨਹੀਂ ਲਾ ਸਕਦੇ। ਅਤੇ ਬਾਕੀ ਇਹਦੀ ਬਸ ਤੁਲਾ ਨਹੀਂ ਹੈ ਕੱਲ੍ਹ ਦੇ ਇਨਸ਼ਾਅੱਲਾ ਪ੍ਰੋਗਰਾਮ ਵਿੱਚ ਇਹ ਪੂਰੇ ਮੌਜੂ ਕੋ ਕਿ ਕਿੱਥਾਂ ਕਿੱਥਾਂ ਬਗੈਰ ਵਜ਼ੂ ਦੇ ਜਾਂ ਕਿਹੜੀ ਕਿਹੜੀ ਇਬਾਦਤ ਅਗਰ ਅਸਾਂ ਬਗੈਰ ਵਜ਼ੂ ਦੇ ਅੰਜਾਮ ਦੇ ਸਕਦੇ ਹੈ, ਔਰ ਕਹਿੰਦੇ ਵਾਸਤੇ ਕਿਹੜੀ ਇਬਾਦਤ ਵਾਸਤੇ ਸ਼ਰਤ ਹੈ, ਇਹ ਇਨਸ਼ਾਅੱਲਾ ਕੱਲ੍ਹ ਕੋ ਪੂਰਾ ਬਿਆਨ ਕਰੇ ਸੂੰ। ਵਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ। والعبد لا يرجو سوى مولى فانعم واكرم واطعم أدعوك ربي وطبيبي سامع ندائي ومجيبي والعمر أنوار المغيب فاغفر بحال العبد يا الله فاصبر واغفر وارحم.